ਸਾਰਿਆਂ ਦਾ ਸਵਾਗਤ ਆ ਸਾਡੇ YouTube ਚੈਨਲ ਤੇ ਸਾਡੇ ਅੱਜ ਕਲਾਕਾਰ ਲੱਗੇ ਹੋਏ ਨੇ ਸਾਡੇ ਆਰਟਿਸਟ ਜਿਹੜਾ ਵੀ ਘਰ ਤੁਹਾਡੇ ਕੋਈ ਵੀ ਵੇਸਟੇਜ ਮਟੀਰੀਅਲ ਲਾਈਕ ਕੋਈ ਵੀ ਛੋਟੀ ਛੋਟੀ ਡੱਬੀਆਂ ਕਿਸੇ ਵੀ ਕੋਈ ਖਾਣ ਦੀ ਚੀਜ਼ ਆ ਜਾਂ ਕੋਈ ਵੀ ਜਿੱਦਾਂ ਚਵਨਪ੍ਰਾਸ਼ ਦੇ ਡੱਬੇ ਹੋ ਗਏ ਕੋਕੋਨਟ ਓਇਲ ਦੇ ਡੱਬੇ ਹੋ ਗਏ ਹੋਰ ਜਿਵੇਂ ਤੇਲ ਵਾਲੀਆਂ ਕੋਈ ਵੀ ਓਇਲ ਹੁੰਦਾ ਜਿੱਦਾਂ ਉਹਦੀਆਂ ਡੱਬੀਆਂ ਜਾਂ ਕੁਛ ਵੀ ਆ ਅਤੇ ਤੁਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹੋ ਉਹਨਾਂ ਨੂੰ ਪੇਂਟਿੰਗ ਕਰਕੇ ਕਲਰਸ ਕਰਕੇ ਡਿਜ਼ਾਇਨ ਬਣਾ ਕੇ ਅਤੇ ਆਪਣੇ ਤੁਸੀਂ ਗਾਰਡਨ 'ਚ ਉਹਨੂੰ ਯੂਜ਼ ਕਰ ਸਕਦੇ ਹੋ ਵੇਖ ਹੀ ਸਕਦੇ ਹੋ ਤੁਸੀਂ ਸਾਡਾ ਛੋਟਾ ਜਿਹਾ ਗਾਰਡਨ ਆ ਕੁਛ ਚੀਜ਼ਾਂ ਨੂੰ ਅਸੀਂ ਕ੍ਰੀਏਟੀਵਿਟੀ ਤੁਸੀਂ ਕਰ ਸਕਦੇ ਹੋ ਗੁਰਸੀਰਤ ਵੀ ਲੱਗੀ ਹੋਈ ਹੈ ਦੇਖਦੇ ਹਾਂ ਕੀ ਬਣਾਏਗੀ ਓਕੇ ਓਕੇ ਚਲੋ ਵੇਖਾਂਗੇ ਉਹ ਵੀ ਕਿਵੇਂ ਦਾ ਕੀ ਰੱਖਿਆ ਗੁਰਫਤਿਹ ਵੀ ਲੱਗਿਆ ਗੁਰਫਤਿਹ ਨੇ ਤਾਂ ਗੜਬੜੀ ਕਰਨੀ ਮੇਰੇ ਹਿਸਾਬ ਨਾਲ ਕੋਈ ਨਾ ਕੋਈ ਚੱਲ ਰਹੀਆਂ ਨੇ ਅੱਛਾ ਪੇਂਟ ਪੱਕਾ ਤਾਂ ਆਪਣੇ ਮੂੰਹ 'ਤੇ ਆਪਣੇ ਕੱਪੜਿਆਂ 'ਤੇ ਨਾ ਲਾ ਲਈ ਗਾਇਜ ਵਿਖਾਉਂਦੇ ਹਾਂ ਤੁਹਾਨੂੰ ਹੋਰ ਆਹ ਦੇਖੋ ਜਿੱਦਾਂ ਆਹ ਸਾਡੀਆਂ ਸ਼ਾਇਦ ਪਹਿਲਾਂ ਘਿਓ ਦੀ ਸ਼ਾਇਦ ਹੋਣੀ ਆ ਆਈ ਥਿੰਕ ਇਹਦੇ 'ਤੇ ਬੜੀ ਸੋਹਣੀ ਬਟਰਫਲਾਈ ਫਲਾਵਰਸ ਨੇ ਆਹ ਹੋਰ ਵੀ ਨੇ ਸਾਰੀਆਂ ਚਵਨਪ੍ਰਾਸ਼ ਦਾ ਡੱਬਾ ਆ ਇਹਨੂੰ ਸਿੱਧ ਵਿਖਾਓ ਸ਼ੋਅ ਕਰੋ ਸਾਰੇ ਲੇਡੀ ਬਗੀ ਹੈ ਹੋਰ ਵਿਖਾਓ ਦੂਜੇ ਇਹਨਾਂ ਦੇ ਵਿੱਚ ਆਪਾਂ ਛੋਟੇ ਛੋਟੇ ਪਲਾਂਟ ਲਾਵਾਂਗੇ ਜਿਹੜੇ ਛੋਟੇ ਪਲਾਂਟ ਹੁੰਦੇ ਆ ਤੇ ਇਹਨਾਂ ਨੂੰ ਕਿਧਰੇ ਵੀ ਆਪਾਂ ਹੈਂਗ ਕਰ ਸਕਦੇ ਹਾਂ ਕੁਛ ਵੀ ਆ ਵੇਖ ਲਓ ਤੁਸੀਂ ਡਿਜ਼ਾਈਨਰ ਸੋ ਬਿਊਟੀਫੁਲ ਲੱਗ ਰਿਹਾ ਗ੍ਰੀਨ ਤੇ ਸਿਲਵਰ ਕਲਰ ਦੇ ਫਲਾਵਰਸ ਨੇ ਓਕੇ ਦੂਸਰੇ ਵੀ ਵਿਖਾਓ ਇੱਕ ਆ ਵੀ ਹੈ ਯੈਲੋ ਕਲਰ ਦੀ ਇਹਦੇ 'ਤੇ ਵੀ ਰੈੱਡ ਕਲਰ ਦੇ ਫਲਾਵਰਸ ਨੇ ਉਹਨਾਂ ਦੇ ਇੱਧਰ ਮੂੰਹ ਘੁਮਾਓ ਇਹ ਵੀ ਬੇਟਾ ਕੋਈ ਤੇਲ ਵਾਲੇ ਹੋਣੇ ਨੇ ਜਿੱਦਾਂ ਫਿਸ਼ ਬਣਾਈਆਂ ਹੋਈਆਂ ਨੇ ਉੱਧਰ ਗ੍ਰੀਨ ਵਾਲੀ ਉਹਨੂੰ ਵੀ ਘੁਮਾਓ ਇਹਦੇ 'ਤੇ ਬਣਾਈ ਹੋਈ ਹੈ ਪੇਂਟਿੰਗ ਵਾਓ ਮਾਊਂਟੇਨਸ ਨੇ ਸਨ ਹੋ ਗਿਆ ਨਾਲ ਬਰਡਸ ਨੇ ਉੱਧਰ ਉਹ ਵੀ ਇੱਕ ਯੈਲੋ ਵਾਲੀ ਇਹਦੇ 'ਤੇ ਵੀ ਸਿੰਪਲ ਫਲਾਵਰ ਨੇ ਆ ਦੋ ਇੱਕੋ ਵਰਗੀਆਂ ਨੇ ਅਤੇ ਉਹ ਇੱਕ ਉਹ ਪਈ ਹੈ ਥੱਲੇ ਬਲੈਕ ਵਾਲੀ ਉਹਦੇ 'ਤੇ ਛੋਟੀ ਜਿਹੀ ਹੱਟ ਆ ਨਹੀਂ ਆਈ ਥਿੰਕ ਸ਼ੈਂਪੂ ਦਾ ਹਾਂ ਸੋ ਤੁਸੀਂ ਗਾਈਸ ਤੁਸੀਂ ਵੀ ਇੱਦਾਂ ਕਰ ਸਕਦੇ ਹੋ ਆਪਣੇ ਕੋਈ ਵੀ ਵੇਸਟੇਜ ਮਟੀਰੀਅਲ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਅਤੇ ਇਹਦੇ ਨਾਲ ਗਾਰਡਨਿੰਗ ਆਪਾਂ ਆਪਣੇ ਘਰ ਹੀ ਛੋਟੇ ਛੋਟੇ ਪੋਟਸ ਟਾਈਪ ਬਣਾ ਕੇ ਇਹਨਾਂ ਨੂੰ ਇਹਨਾਂ ਛੋਟੇ ਛੋਟੇ ਪਲਾਂਟਸ ਆਪਾਂ ਲਾ ਸਕਦੇ ਹਾਂ ਅਤੇ ਗਾਈਜ਼ ਹੈ ਸਾਡੇ ਗੱਡੀ ਦੇ ਪਹਿਲਾਂ ਵਾਲ ਸਾਡੇ ਕੋਲ ਗੱਡੀ ਸੀ ਜਿਹੜੀ ਸਿਆਜ਼ ਸੀ ਉਹਦੇ ਪੁਰਾਣੇ ਟਾਇਰ ਪਏ ਸੀਗੇ ਅਤੇ ਉਹਨਾਂ ਨੂੰ ਆਪਾਂ ਇੱਦਾਂ ਪੇਂਟ ਕਰਕੇ ਅਤੇ ਡਿਜ਼ਾਇਨ ਬਣਾ ਤਾ ਉਹਨਾਂ 'ਤੇ ਵੀ ਇਹਨਾਂ ਦੇ ਵਿੱਚ ਆਪਾਂ ਇਹਨਾਂ ਨੂੰ ਵੀ ਹੈਂਗ ਕਰਾਂਗੇ ਅਤੇ ਇਹਨਾਂ ਦੇ ਵਿੱਚ ਮਿੱਟੀ ਪਾ ਕੇ ਅਤੇ ਸੋਹਣੇ ਸੋਹਣੇ ਪਲਾਂਟਸ ਲਾਵਾਂਗੇ ਲਾਈਕ ਕੋਈ ਵੇਲ ਟਾਈਪ ਜਿਵੇਂ ਇਹਦੇ 'ਚੋਂ ਲਟਕਦੀਆਂ ਬਹੁਤ ਸੋਹਣੀਆਂ ਲੱਗਣਗੀਆਂ ਅਤੇ ਆਪਾਂ ਕਰ ਸਕਦੇ ਹਾਂ ਕੁਛ ਵੀ ਤੁਸੀਂ ਕੋਈ ਵੀ ਆਈਡੀਆ ਲਾ ਕੇ ਇੱਦਾਂ ਕਰ ਸਕਦੇ ਹੋ ਅਤੇ ਸਾਡਾ ਛੋਟਾ ਜਿਹਾ ਗਾਰਡਨ ਆਪਾਂ ਬਣਾਇਆ ਹੋਇਆ ਇਹ ਬਾਸਕਿਟ ਨੇ ਇਹਦੇ ਰੇਡੀਮੇਡ ਹੀ ਲੈ ਕੇ ਆਏ ਸੀਗੇ ਇਹਨਾਂ ਨੂੰ ਹੈਂਗ ਕੀਤਾ ਹੋਇਆ ਆਪਾਂ ਅਲੱਗ ਅਲੱਗ ਕਲਰਸ ਨੇ ਅਤੇ ਇਹਨਾਂ 'ਤੇ ਅਲੱਗ ਅਲੱਗ ਪਲਾਂਟਸ ਲਾਏ ਹੋਏ ਆ ਛੋਟੇ ਛੋਟੇ ਹਜੇ ਜਦੋਂ ਸਾਡੇ ਵੱਡੇ ਹੋਣਗੇ ਫਿਰ ਇਹਨਾਂ 'ਚੋਂ ਬਾਹਰ ਲਟਕਣਗੇ ਅਤੇ ਸੋਹਣੇ ਲੱਗਣਗੇ ਬਹੁਤ ਵਧੀਆ ਬਣ ਜਾਣਗੇ ਅਤੇ ਇਹ ਸਾਡੇ ਉੱਦਾਂ ਰੇਡੀਮੇਡ ਜਿਹੜੇ ਗਮਲੇ ਨੇ ਇਹ ਵੀ ਨੇ ਆਪਾਂ ਪਲਾਂਟ ਆਪਣੇ ਆਪ ਬੋਲ 'ਤੇ ਵੀ ਆਪਾਂ ਛੋਟੀ ਛੋਟੀ ਬਾਸਕਿਟ ਰੱਖੀਆਂ ਹੋਈਆਂ ਜੇ ਆਪਾਂ ਹੌਲੀ ਹੌਲੀ ਕਰਕੇ ਦੋ ਤਿੰਨ ਵਾਰੀ 'ਚ ਤਾਂ ਐਨ ਵਧੀਆ ਬਣਾ ਦੇਣਾ ਇਹਨੂੰ ਟੋਪ ਦਾ ਬਣ ਜਾਏਗਾ ਸਾਰਾ ਗਾਰਡਨ ਸਾਡਾ ਹੋ ਚੁੱਕੇ ਨੇ ਅਤੇ ਸਾਡੀ ਬਾਗ ਦੇ ਵਿੱਚ ਰਿਜ਼ਲਟਸ ਵੇਖ ਹੀ ਸਕਦੇ ਹੋ ਉਹ ਚੰਗੀ ਤਰ੍ਹਾਂ ਹੋ ਚੁੱਕੀ ਆ ਰੈਡੀ ਪਤਾ ਚੱਲਣ ਦਾ ਚੁੱਕੀ ਹੈ।
हूँ अपने सारे फ्रेंड्स नूं दिखाओ जेडे से टायर बनाए सन तुम देख सकते हो असि इन्होंने इन्होंने उपर टंगवा दिता तो बीच इन्होंने फ्लावरस लगा ले ने ये टू टाइप के फ्लावरस ने येलो ते रेड ने हले फ्लावर नहीं लगे प्लांट ये मनी प्लांट भी लगाया ये तीन प्लांट लगाए ने असि इस हले फ्लावर नहीं लगे दादी मम्मा सारा दिन पार्क च लगे रहिंदे ने इन्हां नूं कुछ ना कुछ नीचे गिर गई राती फिर तूफान आया साढ़े पार्क का बहुत नुकसान कर रहे जो भी तूफान आंदा लंबाई बहुत ज्यादा हो गई बट इस हले तक कोई फ्लावर्स नहीं आए है मल्टी कलर वाले ने मैं सब तो अच्छा लगता है पर्पल कलर का हां एंड अभी गाइस बहुत बड़ा बूटा हो चुका है व्हाइट व्हाइट करके मुरझाया पे बेचारा गर्मी बहुत ज्यादा है गाइस अभी मल्टी कलर्स वाला है येलो ते आ की मम्मा पता नहीं बस बेटा उन्होंने दे सन गर्मी ने सारे प्लांट का नाश मारया हुआ है ये देखो कितना प्यारा है मल्टी कलर्स थले बास्केट्स रखी हुई है ने आ सारे साडी जेड़े थले वाले प्लांट्स क्या सबसे प्यारा है ये रोज है इन हद तक फ्लावर नहीं लगा कोई भी छोटी छोटी जी मल्टी कलर्स गाइस आ देखो इन्हां नूं ना रेड ते पिंक इन्हां दी जिहड़ी सीड्स ने रेड पिंक एंड ओरेंज फ्लावर्स लगे होए ने जो असीं पेंट कीते सन आ जाओ ओ गाइस असीं पिछे रख्या होया है और इते मम्मा ने फ्लावर्स बनाए सन तो ओदे विच असीं प्लांट ग्रो कीता होया है ओदे विच असीं फुल्लां दी पौध लगाई होई है ते उस नूं धुप ना आवे इस करके असीं इते प्लांट दी छां नीचे रखे होए ने ते गाइस आ येलो वाले बहुत बड़े हो चुके ने सेम उम्मीद रही है आ बूटा इस तरह ये रेड है और ये सेम येलो है एक होर लगाया हुआ है ऑरेंज कलर का वह ना वीडियो बनाते साढ़े पैर नीचे आ गए से बेचारा छोटा ही रह गया हूँ हो रहा ग्रो हौली हौली हो जाएगा बाकी साढ़े थोड़े जे कैक्टस वगैरह मम्मा जी हाँ जी यार एक देखो पर्पल कहते हैं हाँ हो रहा वो भी ग्रो हो रहा है असि इतने मल्टी कलर वाले गमले इतने इतने भी टंग दिते सन है दूसरे सन बट असि इन्होंने रस्सियां बन के इसे लटका दिता है गाइस आ भी गाइस वाला की देखो आ साडी बास्केट्स ने इथे साडी ज्यादा फ्लावर्स लगे हुए ने जो तुसी मेरी रील पे देखे होंगे ते आ लाइट पिंक एक होना ये साडा एलोवेरा ते गाइस आ देखो येलो वाला भी एक जिमी सनफ्लावर ग्रास वर्गा प्लांट एक बस इतना थोड़ा कलर लाइट है सेम शक्ल ग्रास वर्गी है प्लांट एक जंगा जा लगा बट गाइज ऐसा कुछ नहीं है आ प्लांट ही वाइट कलर आएगा अच्छा मनी प्लांट
गर्मी ने साडे बगीचे दा बहुत बुरा हाल कर दिता है। ते वाइट वन एक होर चीज दिखानी सी, इहदे उत्ते ना पर्पल कलर दीआं मिर्चां लगदीआं ने डेकोरेशन वाली, बहुत ही प्यारी लुक होंगी। बट ये हूँ इधर मौसम चला गया तो यह सुक चुके है, हूँ पक के मिर्चा रेड कलर दियाँ हो गई ने। असी नीचे देखो ये प्लांट ग्रो कर रहे हैं, होर असी इतने तोड़ के सुट दिते सर, ये होर प्लांट हो गए नहीं नहीं खा नहीं सकते सजावट वाली ने। जो ये हो गए दोबारा मिर्चा लगनगे पर्पल कलर दियाँ येलो कलर दी, फिर तुम दिखावे। बनाया बड़ा प्यारा लगता है, लीली लगाई हुई है पिंक फ्लावर आए। ਤੇ ਕੁਝ ਅਸੀਂ ਹੁਣ ਇੱਥੇ ਨੀਚੇ ਲਗਾਏ ਨੇ, ਇਹਦੇ ਚ ਮੰਮੀ ਨੇ ਟਮਾਟਰਾਂ ਦੇ ਬੁੱਟੇ ਬੀਜੇ ਹੋਏ ਨੇ ਬਹੁਤ, ਉਧਰ ਵੀ ਸਾਡੀ ਲਾਈਨ ਨਹੀਂ ਪੂਰੀ ਇਹ ਗਾਇਸ ਹੋ ਗਏ। ਚਲੋ ਫੱਤੇ ਗਾਇਸ ਦੋ ਬਾਸ ਕੀ ਰੈਂਟ ਵੀ ਨੇ ਰੱਖੋ, ਤੁਸੀਂ ਦੇਖ ਸਕਦੇ ਹੋ ਥੱਲੇ ਵੀ ਬਹੁਤ ਬਹੁਤ ਮਿਹਨਤ ਕਰਨੀ ਪੈਂਦੀ ਬਗੀਚੇ ਨੂੰ ਸਾਫ ਰੱਖਣ ਲਈ ਵੀ। ਆਹ ਨੂੰ ਸਭ ਤੋਂ ਜ਼ਿਆਦਾ ਪਿਆਰਾ ਲੱਗਦਾ। ਅੱਛਾ ਜੀ ਤੇ ਆਹ ਵੀ ਪਿੰਕ ਵਾਲਾ ਵੀ ਆਹ ਪੂਰਾ ਪੋਰਟਰੇਟ ਹੀ ਹੈ। ਗੁਰਫਤੇ ਦੀ ਡਰਾਇੰਗ ਦੇਖ ਲਓ, ਇਹਨੇ ਕਿਵੇਂ ਸਾਰੀ ਦੀਵਾਰ ਖਰਾਬ ਕੀਤੀ ਹੈ। ਨੰਬਰਸ ਲਿਖੇ ਨੇ ਤੇ ਉਲਟ ਪਟਾਂ, ਮੈਂ ਨਹੀਂ ਲਿਖੇ। ਜਦੋਂ ਛੋਟਾ ਹੁੰਦਾ ਸੀ ਉਦੋਂ ਮੈਂ ਨਹੀਂ ਯਾਦਗਾਖ ਨਹੀਂ ਰਹਿੰਦਾ ਫਤੇ ਨੂੰ ਰੇ। ਚਲੋ ਹੁਣ ਬਾਈ ਕਰ ਦੋ ਸਾਰਿਆਂ ਨੂੰ, ਉਹ ਨੂੰ ਜਾ ਲਿਆ। ਐਂਡ ਗਾਇਸ ਤੁਹਾਨੂੰ ਕਿੰਨਾ ਲੱਗਿਆ ਸਾਡਾ ਅੱਜ ਦਾ ਪਾਰ ਬਲੌਗ, ਐਂਡ ਅੱਛਾ ਲੱਗਿਆ ਹੋਵੇ ਤੇ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਵੀ ਕਰ ਦਿਓ, ਮੈਕਸਿਮਮ ਤੋਂ ਮੈਕਸਿਮਮ ਸ਼ੇਅਰ ਵੀ ਕਰਿਓ ਤੇ ਸਬਸਕ੍ਰਾਈਬ ਵੀ ਐਂਡ ਕਮੈਂਟ ਵੀ ਕਰ ਦਿਓ ਕਿ ਕਿੱਦਾਂ ਦਾ ਲੱਗਿਆ। ਸਨੈਪੀ ਤੂੰ ਵੀ ਬੋਲ ਦੇ ਕੁਛ, पार्क दा बहुत नुकसान करन लग गया सी, कोई प्लान नहीं सी छड़दा हैगा ए। हुणे बज्जा रहिंदा ते काबू आया होया चंगी ਕਈ ਵਾਰ ਹੋਸਟਲ ਨੂੰ ਕਾਲ ਨਾ। ਚਲੋ ਬਾਏ ਕਰ ਦੋ। ਐਂਡ ਗਾਇਸ ਬਾਏ ਬਾਏ, ਮੈਕਸਿਮਮ ਲਾਈਕਸ, ਮੈਕਸਿਮਮ ਸ਼ੇਅਰਸ ਐਂਡ ਮੈਕਸਿਮਮ ਕਮੈਂਟ ਥੱਲੇ। ਤੇ ਕਿਦਾਂ ਲੱਗੀ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜ਼ਰੂਰ ਦੱਸਿਓ ਐਂਡ ਸਬਸਕ੍ਰਾਈਬ ਟੂ ਮਾਈ ਚੈਨਲ, ਮੈਂ ਤੁਹਾਨੂੰ ਪ੍ਰੈਸ ਕਰ ਦਿਓ। ਬਾਏ 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 ਬਾਏ।